ਚੰਡੀਗੜ੍ਹ ਦੇ ਨਾਲ ਲੱਗਦੇ ਬਿਲਕੁਲ ਮੁੱਲਾਪੁਰ ਦੇ ਤੀੜਾ ਪਿੰਡ ਦੇ ਵਿੱਚ ਬੀਤੇ ਸ਼ਾਮ ਇੱਕ ਦਰਦਨਾਕ ਹਾਦਸਾ ਹੋਇਆ ਸੀਗਾ, ਜਿਹਦੇ ਵਿੱਚ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਦੋ ਇੰਜਰਡ ਨੇ। ਇਹ ਮੌਤ ਦਾ ਮੰਜ਼ਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ 3 ਮੰਜ਼ਿਲ ਇਹ ਬਿਲਡਿੰਗ ਬਣੀ ਹੋਈ ਸੀ, ਸਿਲੰਡਰ ਬਲਾਸਟ ਹੋਇਆ ਜਿਹਦੇ ਵਿੱਚ ਧੀਰਜ ਨਾਂ ਦਾ ਇੱਕ 34 ਸਾਲ ਦਾ ਨੌਜਵਾਨ ਇਹਦੇ ਵਿੱਚ ਉਸੀ ਟਾਈਮ ਮੌਕੇ 'ਤੇ ਹੀ ਉਹਦੀ ਡੈਥ ਹੋ ਗਈ ਸੀ ਕਿਉਂਕਿ ਬਹੁਤ ਤੇਜ਼ ਬਲਾਸਟ ਸੀਗਾ। ਜਿਹੜੇ ਚਸ਼ਮਦੀਦ ਨੇ ਉਹ ਵੀ ਸਾਡੇ ਨਾਲ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਕਿਉਂਕਿ ਕਾਫੀ ਜ਼ਿਆਦਾ ਇੱਥੇ ਹੜਕਾ ਮਚਿਆ। ਸਰ ਆਪ ਯਹੀ ਮੌਜੂਦ ਥੇ ਦੁੱਖ ਸ਼ੌਪ? ਹਾਂ ਸਰ, ਹਾਂਜੀ ਹਾਂਜੀ। ਹੁਆ ਕਿਆ ਥਾ, ਕਿਤਨੇ ਵਜੇ ਕਰੀਬ? ਸਰ ਇਹ ਕੋਈ 2:30 ਵਜੇ ਕਾ ਦਿਨ ਕਾ ਟਾਈਮ ਥਾ। ਅੱਛਾ, ਹਾਂਜੀ। ਹੁਆ ਕਿਆ ਥਾ? ਬਸ ਆਵਾਜ਼ ਆਈ ਏ ਇੱਕ ਲੱਕ ਠੀਕ ਹੈ ਸਿਲੰਡਰ ਕੀ, ਠੀਕ ਹੈ। ਫਿਰ ਸਰ ਯਹਾਂ ਇਹ ਬਿਲਡਿੰਗ ਗਿਰ ਗਈ, ਠੀਕ ਹੈ। ਉਸਕੇ ਬਾਅਦ ਧੂੰਆਂ ਧੂੰਆਂ ਸਾ ਹੋ ਗਿਆ, ਫਿਰ ਥੋੜੀ ਬਾਅਦ ਦੇਰ ਬਾਅਦ ਮੈਨੇ ਦੇਖਾ ਤੋ ਉਹ ਬੰਦਾ ਯਹਾਂ ਗਿਰਾ ਪੜਾ ਥਾ, ਜੋ ਬਾਹਰ ਆ ਕੇ ਗਿਰਾ ਥਾ ਯਹਾਂ ਪੇ। ਅੱਛਾ, ਜਿਸਕੀ ਡੈਥ? ਹਾਂ, ਯਹਾਂ ਪੇ ਦੇਖ ਲੋ ਕਿਤਨਾ ਹੈ, 10 ਮੀਟਰ, ਕਾਫੀ ਜ਼ਿਆਦਾ ਦੂਰ, 15 ਮੀਟਰ ਹੈ ਬਿਲਕੁਲ। ਉਸਕੇ ਬਾਅਦ ਦਰਵਾਜ਼ੇ ਦਰਵਾਜ਼ੇ ਤੋਂ ਹਾਂ ਕਾਫੀ ਦੂਰ ਉੜ ਗਏ ਹੈ, ਗੇਟ ਗੋਟ। ਫਿਰ ਉਹ ਦੋ ਬੰਦੇ ਭਾਗ ਕੇ ਨਿਕਲੇ ਥੇ, ਉਹ ਜਿਸਕੋ, ਹਾਂ ਜਿਸਕੋ ਚੋਟ ਨਹੀਂ ਆਈ। ਹਾਂਜੀ ਸਰ, ਤੋ ਉਹ ਆ ਕਰਕੇ ਫਿਰ ਉਸਕੋ ਉਠਾਨੇ ਲਗੇ, ਫਿਰ ਮੈਨੇ ਕਿਹਾ ਕਿਆ ਹੁਆ ਉਸ ਲੜਕੇ ਸੇ, ਉਹ ਹਮਾਰਾ ਪਹਿਚਾਨ ਨਹੀਂ ਹੈ ਜੋ ਲੈ ਕੇ ਗਿਆ ਹੈ। ਤੋ ਉਹ ਕਹਤਾ ਯਾਰ ਹਮ ਸਿਲੰਡਰ ਕੋ ਦੂਸਰੇ ਮੇ ਮਤਲਬ ਭਰ ਰਹੇ ਥੇ, ਸਿਲੰਡਰ ਕੋ ਭਰ ਰਹੇ ਥੇ, ਹਾਂ ਦੂਸਰੇ ਮੇ, ਠੀਕ ਹੈ। ਤੋ ਉਸ ਸਮੇਂ ਉਹ ਬਲਾਸਟ ਹੋ ਗਿਆ। ਇਹ ਖੂਨ ਕੇ ਜੋ ਨਿਸ਼ਾਨ ਹੈ, ਇਹ ਉਸੀ ਕੇ ਖੂਨ ਦੇ ਨਿਸ਼ਾਨ ਆਇਆ, ਇਹ ਜੋ ਪੈਰ ਉਸਕਾ ਟੂਟਾ ਜੀ, ਇਹ ਇਸਮੇ ਟਕਰਾਇਆ ਸਰ। ਅੱਛਾ, ਹਾਂ, ਫਿਰ ਉਸਕੇ ਬਾਅਦ ਇਹ ਯਹਾਂ ਪੇ ਟਕਰਾਇਆ, ਔਰ ਇਹ ਜੋ ਉਸ ਪੇ ਲਗੇ ਹੋਏ ਨਿਸ਼ਾਨ ਜੋ ਇਹ ਖੂਨ ਕੇ ਹੈ, ਉਸੀ ਕੇ ਖੂਨ ਕੇ, ਜਬ ਇੱਕ ਝਟਕੇ ਸੇ ਉਹ ਗਿਰਾ ਯਹਾਂ ਆ ਕੇ, ਹਾਂ, ਫਿਰ ਵਹਾਂ ਫਿਰ ਖੋਪੜੀ ਯਹਾਂ ਪੇ ਪੜੀ, ਫਿਰ ਉਸਕੇ ਬਾਅਦ ਖੋਪੜੀ ਯਹਾਂ ਸੀ, ਪੈਰ ਉਜੜ ਥਾ ਸਰ। ਉਸੀ ਟਾਈਮ ਡੈਥ ਹੋ ਗਈ? ਉਸੀ ਟਾਈਮ ਸਰ, ਬਸ ਉਹ ਐਸੇ ਹੀ ਕਹਿ ਰਹੇ ਥੇ ਜਿੰਦਾ ਹੈ, ਬਾਕੀ ਉਹ ਮਰ ਚੁੱਕਾ ਸਰ। ਤਾਂ ਬੜਾ ਦਰਦਨਾਕ ਇਹ ਹਾਦਸਾ ਹੋਇਆ ਜਿਹਦੇ ਵਿੱਚ ਇਹ ਪੂਰੀ ਬਿਲਡਿੰਗ, ਕਿਉਂਕਿ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੇ ਹਾਲਾਂਕਿ 304A ਦਾ ਮਾਮਲਾ ਦਰਜ ਕਰ ਲਿਆ ਤੇ ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਕਿ ਆਖਿਰ ਰੀਜ਼ਨ ਕੀ ਸੀ। ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਇੱਕ ਮੀਰਾ ਨਾਰੰਗ ਜੋ ਇਹਦੇ ਮਾਲਿਕ ਨੇ, ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਹੋ ਚੁੱਕਿਆ ਤੇ ਇਹ ਪੂਰਾ ਮੰਜਿਸ, ਹਾਲਾਂਕਿ ਹੁਣ ਵੀ ਸਿਲੰਡਰ ਹੈ ਸਰ, ਹਜੇ ਵੀ ਸਿਲੰਡਰ ਬਹੁਤ ਹੈ, ਯਾਨੀ ਕਿ ਇੱਥੇ ਕਾਫੀ ਸਿਲੰਡਰ ਪਏ ਸੀ, ਟੈਂਟ ਉੱਤੇ ਕੈਟਰਿੰਗ ਦਾ ਕੰਮ। ਹਾਂ, ਇਹ ਕੈਟਰਿੰਗ ਕਾ ਥਾ ਸਰ, ਜੋ ਗਰਮੀ ਮੇ ਸ਼ਾਦੀਓ ਮੇ ਲੈ ਜਾਤੇ ਹੈ, ਮਤਲਬ ਫ੍ਰਿਜ, ਏਸੀ, ਹਾਂ ਏਸੀ ਔਰ ਕੂਲਰ ਬੜੇ ਬੜੇ। ਕਿਤਨੇ ਫਲੋਰ ਥਾ ਇਹ ਬਿਲਡਿੰਗ? ਕਿਤਨੇ? 3 ਮੰਜ਼ਿਲਾ ਸਰ। ਤਿੰਨ ਮੰਜ਼ਿਲਾ? ਹਾਂ ਸਰ, ਹਾਂ ਸਰ। ਪੂਰਾ ਧੂੰਆਂ ਵਗੈਰਾ? ਇਹ ਇਕਦਮ ਧੂੰਆਂ ਹਨੇਰਾ ਹੋ ਗਿਆ, ਦਿਖਾਈ ਨਹੀਂ 2 ਮਿੰਟ ਤੱਕ, 2 ਮਿੰਟ ਤੱਕ ਦਿਖਾਈ ਨਹੀਂ। ਤੋ ਕਾਫੀ ਬਹੁਤ ਵੱਡਾ ਬਲਾਸਟ ਹੋਇਆ ਸੀ, ਕੈਸੇ ਬੱਚੇ ਥੇ ਸਰ, ਯਹਾਂ ਸੇ ਦੌੜ ਕੇ ਗਏ ਥੇ ਉਹ ਉਠਾਨੇ ਉਸਕੋ। ਪੂਰਾ ਬਲਾਸਟ ਹੋਇਆ, ਹਾਲਾਂਕਿ ਅੰਦਰ ਗੱਡੀਆਂ ਵੀ ਇੱਥੇ ਪੂਰੀ ਡੈਮੇਜ ਹੋ ਚੁੱਕੀ, ਹਜੇ ਵੀ ਸਿਲੰਡਰ ਉੱਥੇ ਪਏ ਨੇ, ਦੱਸਿਆ ਜਾ ਰਿਹਾ ਕਿ ਸਿਲੰਡਰ ਕਾਫੀ ਜ਼ਿਆਦਾ ਇੱਥੇ ਸਿਲੰਡਰ ਹੈ, ਟੈਂਟ ਕੈਟਰਿੰਗ। ਇਹ ਤਸਵੀਰਾਂ ਤੁਸੀਂ ਵੇਖੋ, ਪੂਰੇ ਪਾਈਪ ਤੇ ਇਹ ਪੂਰਾ ਸਾਰਾ ਡੈਮੇਜ ਹੋ ਚੁੱਕਿਆ, ਦੋ ਹਜੇ ਹੋਸਪਿਟਲ ਐਡਮਿਟ ਨੇ। ਭਾਜੀ ਤੁਸੀਂ ਵੀ ਸੀਗੇ ਇੱਥੇ ਹੀ? ਕਿੰਨੇ ਕੁ ਵਜੇ ਦਾ? ਕੁਛ ਥੋੜੀ ਦੇਰ ਬਾਅਦ ਆਏ ਕੀ? ਹਾਂਜੀ, ਬਸ ਜਦ ਉਰੇ ਦੇਖਿਆ ਜੀ, ਧੂੰਆਂ ਹੋਇਆ ਪਤਾ ਜੀ ਉੱਪਰ। ਹਾਂਜੀ, ਠੀਕ ਹੈ। ਇਹ ਜਿਹੜੇ ਬੰਦੇ ਸੀਗੇ ਇੱਥੇ ਰਹਿੰਦੇ ਸੀ? ਹਾਂਜੀ ਹਾਂ, 3 ਬੰਦੇ ਸੀ, 3 ਬੰਦੇ ਇੱਥੇ ਰਹਿੰਦੇ ਸੀ। ਹਾਂਜੀ ਹਾਂਜੀ, ਤੇ ਸਿਲੰਡਰ ਵਗੈਰਾ ਬਲਾਸਟ? ਹਾਂਜੀ, ਸਿਲੰਡਰ ਪਟਿਆ ਪਤਾ ਜੀ, ਛੋਟਾ ਛੋਟਾ ਸਿਲੰਡਰ। ਹਾਂਜੀ, ਲੇਕਿਨ ਇੰਨਾ, ਕਿਉਂਕਿ 3ਮੰਜ਼ਿਲ ਦੱਸਿਆ ਕਿ ਛੋਟਾ, ਅੰਦਰ ਹੈ ਨਾ ਏਸੀ ਕੰਡੀਸ਼ਨਰ ਵਗੈਰਾ ਪਏ ਸੀਗੇ ਜੀ, ਔਰ ਸਿਲੰਡਰ ਪਏ ਸੀਗੇ ਬਹੁਤ ਜ਼ਿਆਦਾ ਜੀ। ਖਬਰੇ ਹੁਣ ਅੰਦਰ ਖਬਰੇ ਹੋਰ ਪਟਿਆ ਹੋਵੇ ਜੀ, ਉਹ ਨਹੀਂ ਪਤਾ ਜੀ ਸਾਨੂੰ। ਆਵਾਜ਼ ਇੱਕ ਹੀ ਆਈ ਸੀ, ਇੱਥੇ ਸੀਗਾ ਸਾਰਾ ਕੈਟਰਿੰਗ ਵਗੈਰਾ ਦਾ? ਹਾਂਜੀ ਹਾਂਜੀ, ਵਿਆਹਾਂ ਵਿੱਚ ਜਾਂਦੇ ਸੀ ਇਹ ਜੀ। ਹਾਂਜੀ, ਆਵਾਜ਼ ਇਤਨਾ ਤੇਜ਼ ਸੀ ਕਿ ਪੂਰੇ ਗਾਂਵ ਵਿੱਚ ਸੁਣਾਈ ਦਿੱਤੀ, ਪੂਰਾ ਖਤਮੇ ਹੋ ਗਿਆ ਜੀ ਔਨ ਦੀ ਸਪੋਟ। ਹਾਂਜੀ,
ਕਾਫੀ ਹੈਰਾਨ ਕਰ ਦੇਣ ਵਾਲੀ ਇਹ ਪੂਰੀ ਤਸਵੀਰਾਂ ਨੇ ਜਿੱਥੇ ਇੱਕ ਥਰਡ ਫਲੋਰ ਤੱਕ ਬਣਿਆ ਹੋਇਆ ਸੀਗਾ ਪੂਰੀ ਬਿਲਡਿੰਗ ਨੀਚੇ, ਯਾਨੀ ਕਿ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਬਲਾਸਟ ਹੋਇਆ ਹੋਣਾ। ਪੂਰਾ ਸਮਾਨ ਦੇ ਨਾਲ ਨਾਲ 2 ਹਜੇ ਇੰਜਰਡ ਨੇ ਤੇ ਧੀਰਜ 34 ਸਾਲ ਦਾ ਝਾਰਖੰਡ ਦਾ ਰਹਿਣ ਵਾਲਾ ਹੈ, ਉਹਦੀ ਮੌਤ ਹੋ ਚੁੱਕੀ ਹੈ, ਬੜੀ ਬੇਰਹਿਮੀ ਦੇ ਨਾਲ ਉਹਦੀ ਅਨਫੋਰਚੁਨੇਟ ਮੌਤ ਹੋ ਚੁੱਕੀ ਹੈ। ਟੈਂਟ ਤੇ ਕੈਟਰਿੰਗ ਦਾ ਇੱਥੇ ਕੰਮ ਸੀਗਾ, ਹਾਲਾਂਕਿ ਬਿਲਕੁਲ ਪਿੰਡ ਦੇ ਬਿਲਕੁਲ ਨਾਲ ਕਾਰਨਰ ਵਾਲਾ ਇਹ ਗੋਡਾਊਨ ਬਣਾਇਆ ਹੋਇਆ ਸੀਗਾ, ਚੰਡੀਗੜ੍ਹ ਦੇ ਨੇ ਕੈਟਰਿੰਗ ਦਾ ਕੰਮ ਹੋਇਆ। ਹਾਲਾਂਕਿ 304A ਦੇ ਤਹਿਤ ਇਹ ਪੂਰਾ ਮਾਮਲਾ ਦਰਜ ਕੀਤਾ ਜਾ ਚੁੱਕਿਆ। ਹੁਣ ਇਹਦੇ ਵਿੱਚ ਦੇਖਿਆ ਜਾ ਰਿਹਾ ਕਿ ਆਖਿਰ ਰੀਜ਼ਨ ਕੀ ਰਹੇ, ਕਿਉਂਕਿ ਉਹਨਾਂ ਦੇ ਹਜੇ ਬਿਆਨ ਨਹੀਂ ਹੋ ਪਾਏ। ਲੇਕਿਨ ਪੂਰਾ ਰਿਹਾਇਸ਼ੀ ਏਰੀਆ ਹੈ, ਰਿਹਾਇਸ਼ੀ ਏਰੀਆ ਹੈ, ਬਿਲਕੁਲ ਸਾਈਡ ਤੇ ਇਹ ਘਰ ਹੈਗਾ, ਗੋਡਾਊਨ ਬਣਾਇਆ ਹੋਇਆ ਤੇ ਕੈਟਰਿੰਗ ਦਾ। ਤੁਸੀਂ ਦੇਖੋ ਤਸਵੀਰਾਂ, ਗੱਡੀਆਂ ਵੀ ਪੂਰੀ ਇਹਦੇ ਵਿੱਚ ਦੱਬੀ ਹੋਈ ਨੇ, ਅੰਦਰ ਵੀ ਕਾਫੀ ਸਮਾਨ ਹਜੇ ਵੀ ਪਿਆ। ਹਾਲਾਂਕਿ ਹਜੇ ਕੱਲ ਇੱਥੇ ਰੈਸਕਿਊ ਟੀਮਾਂ ਵੀ ਇੱਥੇ ਪਹੁੰਚੀ ਹੋਈ ਸੀ ਤੇ ਪੁਲਿਸ ਦੀ ਫਾਇਰ ਦੀ ਗੱਡੀਆਂ ਵੀ ਇੱਥੇ ਮੌਕੇ ਤੇ ਪਹੁੰਚ ਕੇ ਪੂਰਾ ਰੈਸਕਿਊ ਕੀਤਾ ਗਿਆ। 3 ਬੰਦੇ ਦੱਸੇ ਜਾ ਰਹੇ ਸੀ, ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ, ਦੂਜੇ 2 ਨੂੰ 16 ਹਸਪੀਟਲ ਐਡਮਿਟ ਕਰਾਇਆ ਗਿਆ ਸੀ। ਹੁਣ ਤਸਵੀਰਾਂ, ਇਹ 3 ਫਲੋਰ ਸੀਗੇ, ਹੁਣ ਇੰਨਾ ਵੱਡਾ ਜ਼ਿਆਦਾ ਬਲਾਸਟ ਸੀ ਕਿ ਅਚਾਨਕ ਇਹ ਪੂਰੀ ਬਿਲਡਿੰਗ ਢਹਿ ਪਈ, ਜਿਸ ਕਰਕੇ ਇਹ ਵੱਡਾ ਹਾਦਸਾ ਹੋਇਆ। ਮੁੱਲਾਪੁਰ ਦੇ ਤੀੜਾ ਪਿੰਡ ਦੀ ਇਹ ਦਰਦਨਾਕ ਤਸਵੀਰਾਂ ਨੇ ਜਿੱਥੇ ਇਹ ਕੱਲ ਸ਼ਾਮ ਨੂੰ ਇਹ ਪੂਰਾ ਵਾਕਿਆ ਹੋਇਆ। ਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ 304A ਦੇ ਤਹਿਤ ਮਾਮਲਾ ਦਰਜ ਕਰ ਲਿਆ, ਬਾਈ ਨੇਮ ਇਹ ਮਾਮਲਾ ਦਰਜ ਹੋਇਆ, ਜਿਹੜੇ ਮਾਲਿਕ ਨੇ ਉਹਨਾਂ ਦੇ ਖਿਲਾਫ਼ ਇਹ ਮਾਮਲਾ ਦਰਜ ਹੋਇਆ ਤੇ ਹੁਣ ਇਨਵੈਸਟੀਗੇਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜਿਹੜੇ ਚਸ਼ਮਦੀਦ ਹੈ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸਿਲੰਡਰ ਦੀ ਅਦਲਾ ਬਦਲੀ, ਗੈਸ ਦੀ ਅਦਲਾ ਬਦਲੀ ਹੋ ਰਹੀ ਸੀ ਔਰ ਇਹ ਛੋਟੀ ਜਿਹੀ ਲਾਪਰਵਾਹੀ ਕਹਿ ਸਕਦੇ, ਛੋਟੀ ਜਿਹੀ ਲਾਪਰਵਾਹੀ 'ਚ ਚੱਲਦੇ ਇੰਨਾ ਵੱਡਾ ਹਾਦਸਾ ਹੋਇਆ। ਹਾਲਾਂਕਿ ਸਾਰਾ ਕੈਟਰਿੰਗ ਦਾ ਤੇ ਸਾਰਾ ਸਮਾਨ ਪਿਆ, ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਹੋਰ ਕੌਣ ਕੌਣ ਇਹਦੇ ਵਿੱਚ ਸੀਗੇ, ਕਿੰਨੇ ਸਿਲੰਡਰ ਅੰਦਰ ਪਏ ਸੀਗੇ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਟ ਕਰਦੀ ਨਜ਼ਰ ਆ ਰਹੀ ਹੈ। SHO ਮੁੱਲਾਪੁਰ ਸਿੰਦਰ ਜੀ, ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਆਇਆ ਸੀਗਾ, ਹੁਣ ਤੱਕ ਦੀ ਅਪਡੇਟ 'ਚ ਕੀ ਸਾਹਮਣੇ ਆਇਆ, ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋਈ ਹੈ? ਇਹ ਬਾਈ ਜੀ, ਸਾਡੇ ਕੋਲ ਨਾ ਕੱਲ੍ਹ ਇਨਫੋਰਮੇਸ਼ਨ ਆਈ ਸੀਗੀ ਵੀ ਪਿੰਡ ਤੀੜੇ ਵਿਖੇ ਕੋਈ ਸਿਲੰਡਰ ਫਟ ਗਿਆ। ਅਸੀਂ ਮੌਕੇ ਤੇ ਗਏ ਸੀ, ਮੌਕੇ ਤੇ ਜਾ ਕੇ ਪੜਤਾਲ ਕੀਤੀ ਆ ਤੇ ਪੜਤਾਲ 'ਚ ਇਹ ਗੱਲ ਸਾਹਮਣੇ ਆਈ ਹੈ ਵੀ ਉਹਦੇ 'ਚ 3 ਬੰਦੇ ਰਹਿ ਰਹੇ ਸੀਗੇ, 1 ਬੰਦੇ ਦੀ ਮੌਤ ਹੋ ਗਈ, 2 ਇੰਜਰਡ ਨੇ, ਜੇਰੇ ਇਲਾਜ ਨੇ 16 ਸੈਕਟਰ ਜੀ। ਸੋ ਇਹਦੇ 'ਚ ਜਿਹੜਾ ਹੁਣ ਮੁਕੱਦਮਾ ਦਰਜ ਕਰ ਦਿੱਤਾ ਗਿਆ 304A ਦਾ ਜੀ, ਜਿਹੜੇ ਗਡਾਊਨ ਦੇ ਮਾਲਕ ਨੇ ਮੀਨਾ ਨਾਰੰਗ ਜੀ, ਤੇ ਤਫਤੀਸ਼ ਜਾਰੀ ਆ। ਤੇ ਸਰ, ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੁਝ ਸਾਹਮਣੇ ਆਇਆ ਕਿ ਉੱਥੇ ਹੀ ਰਹਿੰਦੇ ਸੀਗੇ, ਕਾਰਨ ਕੀ ਰਹੇ, ਆ ਨੀਅਰ ਬਾਏ ਕਿਸੇ ਨੂੰ ਹੋਰ ਨੂੰ ਤਾਂ ਨਹੀਂ ਡੈਮੇਜ ਵਗੈਰਾ ਹੋਇਆ? ਲੋਕਾਂ ਦੇ ਉੱਥੇ ਜਿਹੜੇ ਲੋਕਲ ਲੋਕ ਰਹਿ ਰਹੇ ਨੇ, ਪਿੰਡ ਦੇ ਆਊਟਸਕਰਟ ਤੇ ਗਡਾਊਨ ਹੈ, ਨਾਲ ਦੇ ਜਿਹੜੇ ਲੋਕ ਰਹਿ ਰਹੇ ਸੀ ਉਹਨਾਂ ਨੇ ਦੱਸਿਆ ਕਿ ਵੀ ਇਹ ਜਿਹੜੇ 3 ਬੰਦੇ ਨੇ ਉੱਥੇ ਹੀ ਰਹਿੰਦੇ ਸੀਗੇ, ਰਿਹਾਇਸ਼ ਵੀ ਉੱਥੇ ਹੀ ਸੀਗੀ ਤੇ ਉੱਥੇ ਹੀ ਸਿਲੰਡਰ ਫਟਿਆ। ਓਕੇ, ਸੋ ਇਸ ਕਰਕੇ ਜਿਹੜੀ ਫਿਲਹਾਲ ਦੀ ਘੜੀ ਆਪਾਂ ਅਸੀਂ ਇਹੀ ਚੈੱਕ ਕਰ ਰਹੇ ਹਾਂ ਵੀ ਸਿਲੰਡਰ ਫਟਣ ਦਾ ਕੀ ਕਾਰਨ ਹੈ, ਉਹ ਤਫਤੀਸ਼ ਕਰ ਰਹੇ ਹਾਂ, ਜਲਦ ਤੋਂ ਜਲਦ ਪਤਾ ਕਰਕੇ ਫਿਰ ਤੁਹਾਡੀ ਨੌਲੇਜ 'ਚ ਲਿਆਤਾ ਜਾਵੇ। ਸਪੋਟ ਤੇ ਤੁਸੀਂ ਪਹੁੰਚੇ, ਉੱਥੇ ਕਾਫੀ ਜ਼ਿਆਦਾ ਜਿਹੜਾ ਸਮਾਨ ਸਮੂਨ ਸਾਰਾ ਡੈਮੇਜ ਹੋ ਗਿਆ ਤੇ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਸਿਲੰਡਰ ਤੋਂ ਇਲਾਵਾ ਕੋਈ? ਸਪੋਟ ਤੇ ਇੱਕ ਤਾਂ ਜਿਹੜੀ ਉਹ ਇਮਾਰਤ ਸੀਗੀ ਉਹ ਕਲੈਪਸ ਹੋ ਗਈ। ਓਕੇ, ਟੋਟਲੀ, ਬਾਕੀ ਉਹ ਜਿਹੜੇ ਬੰਦੇ ਇੰਜਰਡ ਹੋਏ ਨੇ। ਇੰਜਰਡ ਹੋਏ ਜੀ। ਤੇ ਸਰ, ਜਿਹੜਾ ਜਿਹਦੀ ਡੈਥ ਹੋਈ ਅਨਫੋਰਚੁਨੇਟ, ਉਹਦੀ ਕੀ ਹਜੇ ਤੱਕ ਹੈਗੀ, ਕਿੱਥੇ ਦਾ ਰਹਿਣ ਵਾਲਾ, ਕਿੰਨੇ ਸਾਲ ਦਾ ਹੈ? ਉਹ ਝਾਰਖੰਡ ਦਾ ਰਹਿਣ ਵਾਲਾ ਤੇ ਧੀਰਜ ਕੁਮਾਰ ਉਹਦਾ ਨਾਮ ਹੈ, ਉਮਰ ਉਹਦੀ 34 ਸਾਲ ਹੈ। 34 ਸਾਲ ਜੀ। ਪਰਿਵਾਰਿਕ ਮੈਂਬਰਾਂ ਨੂੰ? ਪਰਿਵਾਰ ਮੈਂਬਰ ਨੂੰ ਇਨਫੋਰਮ ਕਰ ਦਿੱਤਾ ਗਿਆ ਸੀਗਾ, ਉਹ ਸਾਡੇ ਕੋਲ ਹੁਣ ਆ ਰਹੇ ਨੇ। ਠੀਕ ਹੈ। ਤੇ ਸਰ, ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੁਝ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ ਆਈ ਹੈ? ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਸੇ ਗੱਲ ਦਾ ਪਤਾ ਕਰ ਰਹੇ ਹਾਂ ਵੀ ਉਹਦਾ ਕਾਰਨ ਕੀ ਬਣਿਆ, ਵੀ ਸਿਲੰਡਰ ਫਟਿਆ ਕਿਉਂ ਹੈ, ਕਿਉਂਕਿ ਉਹ ਕੇਟਰਿੰਗ ਦਾ ਕੰਮ ਕਰਦੇ ਸੀਗੇ, ਜਿਹੜੇ ਮਾਲਕ ਨੇ ਕੇਟਰਿੰਗ ਦਾ ਉਹਨਾਂ ਨੇ ਗਡਾਊਨ ਬਣਾਇਆ ਹੋਇਆ ਸੀਗਾ, ਉੱਥੇ ਉਹਨਾਂ ਦੇ ਸਿਲੰਡਰ ਵੀ ਪਏ ਸੀਗੇ ਤੇ ਕੇਟਰਿੰਗ ਦਾ ਸਾਰਾ ਸਮਾਨ ਪਿਆ ਸੀ ਜੋ ਵੀ ਆਪਾਂ ਯੂਜ਼ ਕਰਦੇ ਹਾਂ। ਸੋ ਇਹੀ ਅਸੀਂ ਕਲੀਅਰ ਕਰਨਾ ਚਾਹ ਰਹੇ ਹਾਂ ਤੇ ਚੈੱਕ ਕਰ ਰਹੇ ਹਾਂ ਵੀ ਇਹ ਕਾਰਨ ਕੀ ਬਣਿਆ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਪਾਇਆ ਕਿ ਕਿੰਨੇ ਸਿਲੰਡਰ ਹੋ ਸਕਦੇ ਸੀਗੇ ਉਸ ਟਾਈਮ? ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ 4-5 ਸਿਲੰਡਰ ਤਾਂ ਅਸੀਂ ਬਾਹਰ ਕੱਢ ਲਏ ਸੀਗੇ ਕੱਲ੍ਹ ਹੀ। ਓਕੇ, ਤੇ ਮੇ ਬੀ ਅੰਦਰ ਹੋਰ ਵੀ ਹੋ ਸਕਦੇ ਨੇ, ਕਿਉਂਕਿ ਉਹ ਬਿਲਡਿੰਗ ਕਲੈਪਸ ਕੀਤੀ ਹੋਈ ਹੈ
ਤੇ ਅਸੀਂ ਉਹਨੂੰ ਹੁਣ ਅੱਜ ਸਾਰਾ ਚੈੱਕ ਕਰਕੇ ਫਿਰ ਤੁਹਾਨੂੰ ਦੱਸ ਦਾਂਗੇ। ਤੇ ਸਰ ਤਿੰਨ ਹੀ ਲੋਕ ਸੀਗੇ, ਹੋਰ ਤਾਂ ਨੀ ਕੋਈ ਲੱਗਦਾ ਕਿ ਕੋਈ ਫਸਿਆ? ਨਹੀਂ, ਲੋਕ ਤਿੰਨ ਹੀ ਸੀਗੇ ਜੀ। ਤਿੰਨ ਸੀਗੇ ਜੀ, ਠੀਕ ਹੈ। ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਜਿਹੜੇ ਕੈਟਰਿੰਗ ਦੇ ਓਨਰ ਨੇ, ਹੁਣ ਹੋਰ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਕਿ ਆਖਿਰ ਰੀਜ਼ਨ ਕੀ ਰਿਹਾ। ਇਹ ਬਹੁਤ ਇੰਪੋਰਟੈਂਟ ਹੈ ਕਿ ਆਖਿਰ ਰੀਜ਼ਨ ਕੀ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਹੁਣ ਇਹਦੇ ਵਿੱਚ ਇਨਵੈਸਟੀਗੇਟ ਕੀਤਾ ਜਾ ਰਿਹਾ। ਉਹਨਾਂ ਦੇ ਬਿਆਨਾਂ ਤੇ ਆਧਾਰ ਤੇ ਹੋਰ ਵੀ ਚੀਜ਼ਾਂ ਨੂੰ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਕਰੂਗੀ। ਬੁੱਲਾਪੁਰ ਤੋਂ ਕੈਮਰਾਮੈਨ ਸਨਮਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।